لی خمسة بحق مظلوم، مالک جو حاضر بیٹھے ہیں گناہ معاف فرما، عزاداری سعی و محنت منظور و مقبول فرما، بانی مجلس دے مال رزق وچ برکت عطا فرما، اس مجلس سے آزاد ثواب بطفیل محمد و آل محمد، علی کو منن والا دنیا دے جس کونے وچ دفن ہے اس دے روح نو پہنچے، خصوصاً بھائی اسد شاہ صاحب دے خاندان نے تمام مرحومین دے روح نو پہنچے، خصوصاً سلطان الزاکرین مرحوم مغفور بابا سید خادم حسین شاہ چک اٹھتی والے دے روح کو فتح، درجات بلند فرما، سایہ معصومین علیہ السلام نصیب فرما، علی ولی اللہ پڑھن والے عزاداراں دا تحفظ فرما، امام زمان دا جلد ظہور، اللہم پڑھو صلوات سائیاں دے، عظیم عبادت ہے بلند آواز نال سارے صلوات پڑھو، اچھی پڑھو سواب لا حول ولا قوة الا بالله العلي العظيم، بسم الله الرحمن الرحيم، بلند متقین والجنات المؤمنین والنار للکافرین الصلاة والسلام على رسول الكريم بالقاسم محمد وآله الطيبين الطاهرين المعصومين المكرمين الذين أذهب الله عنهم الرجس وطهرهم تطهيرا، صلوات الله قسما بمكة سر ہلاوے جے کو اللہ نے زبان نہیں دی،
جیندی زبان ہوئی تہین کی تو یکم تو یکم تک سر حلے سی قسمن بے بکتا ولا حتیم و زمزمی ورا کے ساتھ وسائیں نائلا منا قسم ولا حتیمیں جڑی کعبہ نال مڑی ہوئی دیوار نہیں میں کو اون دی قسم میں کو زمزم دے پانی دے احترام دی قسم 38 والے او اتنی قسمہ چاہ کے پے فرمیندے جدا نیزے برابر سورج ہو سی اللہ دی پوری کائنات میدان وچ کٹھی ہو سی حرامی دے متھے تے لکھ ہویا سی دشمن علی پیا اما بعد قال رسول اللہ صلی اللہ علیہ وآلہ وسلم سبحان اللہ بسم اللہ الرحمن الرحیم حسین منی وانا من الحسین صلی اللہ ایسی صلوات پڑھو اللہ گناہ معاف فرما دے وے حسین اللہ پھر واجب الاحترام میرے عزت والے سامعین خصوصاً شیعہ سنی ماتمی خصوصاً سادات اگر انسان چاہتا ہے کہ میری لائف میری زندگی عزت نال گزرے تو جو قرآن آکھے منے جو رسول آکھے منے سمجھ آ رہی گزارش
ਸ਼ੀਆ ਸੁਣਨੀ ਦੀ ਨਹੀਂ ਮੰਨਣੀ, ਜ਼ਰਾ ਮਹਿਕ ਦਾ ਆਵਾਜ਼ ਖੋਲੋ ਨਾ, ਜ਼ਰਾ ਦਬਾਓ ਜਿਹੜਾ ਹੈ ਨਾ ਜੀ ਖਤਮ ਥਿਆ ਜੀ, ਮਿਹਰਬਾਨੀ। ਨਾ ਸ਼ੀਆ ਦੀ ਮੰਨੇ ਨਾ ਸੁਣਨੀ, ਨਾ ਜ਼ਾਕਿਰ ਨਾ ਮੌਲਵੀ ਨਾ ਖਤੀਬ, ਕਬਰ ਔਖੀ ਏ ਕਹਿੰਦੇ ਪਿੱਛੋਂ ਨਾ ਲੱਗ ਉਂਝ ਅਲੀ ਕੋ ਮਨ, ਜਿਵੇਂ ਅੱਲਾ ਨੇ ਮੇਰੇ ਮੁਰਸ਼ਿਦ ਅਲੀ ਕੋ ਇੱਜ਼ਤ ਅਤਾ ਕੀ। ਇਮਾਮ ਹੁਸੈਨ ਨਾਲ, ਅਮੀਰ ਅਲ ਮੋਮਿਨੀਨ ਅਲੈਹਿ ਸਲਾਮ ਨਾਲ, 5, 12, 14 ਨਾਲ, ਤਮਾਮ ਮੁਸਲਮਾਨਾਂ ਨੂੰ ਮੁਹੱਬਤ ਨਹੀਂ ਮਵੱਦਤ। ਸਿਰ ਹਲੈ ਸੋ ਤਾਂ ਵਾਹ ਵਾਹ ਕਹਿ ਕਰਨੀ, ਬੋਲੋ ਜ਼ਬਾਨ ਹਲਾ ਕੇ ਤੇਈਦ ਫਰਮਾਓ ਬੇ। ਇਮਾਮ ਹੁਸੈਨ ਨਾਲ, ਅਮੀਰ ਅਲ ਮੋਮਿਨੀਨ ਅਲੈਹਿ ਸਲਾਮ ਨਾਲ, ਸ਼ੀਆ ਸੁੰਨੀ ਤਮਾਮ ਮੁਸਲਿਮ ਨੂੰ ਮੁਹੱਬਤ ਨਹੀਂ ਮਵੱਦਤ। ਅਲੀ ਨਾਲ ਮਵੱਦਤ, ਹਸਨ ਹੁਸੈਨ ਨਾਲ ਮਵੱਦਤ, ਮੁਸਤਫਾ ਤੋਂ ਗਿਣ ਕੇ ਇਮਾਮ ਜ਼ਮਨ ਤੱਕ ਤਮਾਮ ਮਾਸੂਮੀਨ ਅਲੈਹਿਮ ਸਲਾਮ ਨਾਲ ਮੁਹੱਬਤ ਨਹੀਂ ਮਵੱਦਤ। ਏ ਹੁਣ ਮੇਰਾ ਹਾਂ ਦੁਖਸੀ 38 ਵਾਲਿਓ, ਜੇ ਹੁਣ ਸਿਰ ਹਲਾਇਆ ਯਕੀਨ ਕਰੇ, ਇਸ ਨੂੰ ਸਲੀਸ ਸਮਝਾ ਨਾ ਸਕਦਾ। ਇਹ ਜਿਹੜੀ ਮੀਸਮ ਤਮਾਰ ਨੂੰ ਫਾਸੀ ਹੋਈ ਹੈ ਕੂਫਾ ਵਿੱਚ ਖਜੂਰ ਦੇ ਦਰਖਤ ਨਾਲ, ਇਹ ਮੁਹੱਬਤ ਨਹੀਂ ਅਲੀ ਨਾਲ ਮਵੱਦਤ। ਇਹ ਅਲੀ ਨਾਲ ਮੁਹੱਬਤ ਨਹੀਂ, ਇਹ ਮਵੱਦਤ। ਕਾਨੂੰਨ ਯਾਦ ਰੱਖੇ, ਮੁਹੱਬਤ ਮਵੱਦਤ ਤੇ ਕੁਰਬਾਨ ਹੋ ਸੀ, ਮਵੱਦਤ ਮੁਹੱਬਤ ਤੇ ਕੁਰਬਾਨ ਨਾ ਹੋ ਸੀ। ਮੁਹੱਬਤ ਔਰ ਹੈ, ਸ਼ਾਬਾਸ, ਇਤਨਾ ਤਾਂ ਮੈਂ ਚਾਹੁੰਦਾ। ਮਵੱਦਤ ਔਰ ਅਹਿਲੇ ਬੈਤ ਅਲੈਹਿਮ ਸਲਾਮ ਨਾਲ ਤਮਾਮ ਸ਼ੀਆ ਸੁੰਨੀ ਨੂੰ ਮੁਹੱਬਤ ਨਹੀਂ ਮਵੱਦਤ। ਇਸ ਤੋਂ ਸਲੀਸ ਮੈਂ ਕਿਸ ਸਮਝਾਵਾਂ? ਅਲੀ ਦੇ ਪਿੱਛੇ ਜਾਨਾਂ ਚਲੀਆਂ ਗਈਆਂ, ਹੁਸੈਨ ਦੇ ਪਿੱਛੇ ਜਾਨਾਂ ਚਲੀਆਂ ਗਈਆਂ, ਨਾ ਹੁਸੈਨ ਛੁੱਟਾ ਨਾ ਅਲੀ ਛੁੱਟਾ। ਬੈਨ ਲੱਗੇ, ਪਾਬੰਦੀਆਂ ਲੱਗੀਆਂ, ਸਾਦਾਤ ਦਾ ਨਾਂ ਕੋਈ ਨਾ ਚਾਹੇ, ਸੈਦ ਕੋਈ ਸਰਵਾਵੇ ਤਾਂ ਕਤਲ ਕਰ ਦਿਓ। ਸ਼ੀਆ ਕੋ ਬੰਦੇ ਬਰਦਾਸ਼ਤ ਨਾ ਕਰ ਸਕਦੇ, ਅਲੀ ਦਾ ਨਾਂ ਨਾ ਸੁਣ ਸਕਦੇ। ਐਸੇ ਔਖੇ ਔਖੇ ਨਾਜ਼ਿਕ ਦੌਰਾਂ ਵਿੱਚ ਸੈਦ ਵੀ ਰਹਿਣ, ਸ਼ੀਆ ਵੀ ਰਹਿਣ, ਅਲੀ ਅਲੀ ਥੀਂਦੀ ਵੀ ਰਹੀ। ਮੈਂ ਅਲੀ ਦੀ ਸ਼ਾਨ ਬਿਆਨ ਕਰਾਂ ਤੇ ਮੇਰੇ ਸਾਹਮਣੇ ਜਿਹੜਾ ਜਣਾ ਇੰਜ ਕਰੇ, ਮੈਂ ਸੋਚਣਾ ਪੈ ਪੈਂਦਾ ਵੀ ਇਨਸ਼ਾਅੱਲਾ ਖੈਰ ਹੋਵੇ। ਹੁਣ ਜੇ ਸਿਰ ਹਲਾਇਆ, ਮੈਂ ਉਹਦੀ ਸਿਹਤ ਵਾਸਤੇ ਦੁਆ ਮੰਗਦਾ। ਅਲੀ ਨਾ ਹੀ ਉਹ ਜੀ ਹੈ ਵੀ ਬੰਦੇ ਠੀਕ ਥੀ ਵੰਦੇ, ਤੁਸੀਂ ਮਰੀਦ ਬਣ ਪੈਂਦੇ ਹੋ। ਇੰਜ ਨਾ ਕੀਤਾ ਕਰੋ, ਜ਼ਬਾਨ ਹਲਾ ਕੇ ਤਾਈ ਤਵੱਜੋ ਹੈ ਕਿ ਬਿਲਾ ਦੁਆ ਫਰਮਾਇਆ ਸੋ। ਬੜੇ ਇੱਜ਼ਤ ਵਾਲੇ ਘਰਾਂ ਦੇ ਅਫਰਾਦ ਬੈਠੇ ਹੋ, ਯਾਨੀ ਕਿ ਕਿਤਨੇ ਮੁਸਤਨਸਰ ਬਿਲਾ, ਕਿਤਨੀ ਤਾਕੀਦ ਕੀਤੀ ਹੈ ਵੀ ਸ਼ੀਆ ਸੈਦ ਬੈਨ ਕਰ ਦਿਓ, ਇਹ ਕਰ ਦਿਓ। ਮੁਤਵੱਕਲ ਅਬਾਸੀ ਕਿਹੜਾ ਬੜਾ ਦੌਰ ਆ, ਹਾਰੂ ਰਸ਼ੀਦ, ਮਾਮੂ ਰਸ਼ੀਦ, ਕਿਤਨੇ ਅਹਬਾਬ ਗੁਜ਼ਰ ਗਏ, ਮਿੱਟੀ 'ਚ ਮਿੱਟੀ ਥੀ ਗਏ। ਅਲੀ ਅੱਜ ਵੀ ਉਵੇਂ ਬੁਲੰਦ ਜਿਵੇਂ ਮਲੰਗ ਰਹਿ ਬਹਲੋਲ ਦਾਨਾ, ਜਿਹਦੇ ਜ਼ਾਕਿਰ ਕਸੀਦੇ ਪੜਦੇ ਨੇ, ਬਹਲੋਲ ਹਜ਼ਰਤ ਬਹਲੋਲ ਜਨਾਬ ਬਹਲੋਲ, ਅਲਫਾ ਜੀ ਪੈਂਦਾ, ਲੰਬਾ ਚੋਲਾ ਪੈਂਦਾ। ਅਗਰ ਮੈਂ ਇਹਦਾ ਇਲਮ ਦੱਸਾਂ ਤਾਂ ਡਿਗਰੀ ਏ ਮੁਜਤਹਿਦ ਤੇ ਫਾਇਜ਼ ਆਈ। ਇਹ ਹੁਣ ਬੋਲਿਓ ਅੱਲਾਹ ਤਾਲੀ ਜ਼ਿੰਦਗੀ ਦਾ। ਅਸਲ ਸ਼ਾਹ ਜਿਵੇਂ ਅਗਰ ਮੈਂ ਇਹਦਾ ਇਲਮ ਦੱਸਾਂ ਨਾ ਹਯਾਤੀ ਹੋ, ਤੋ ਇਹ ਹਾਈ ਮੁਜਤਹਿਦ ਦੀ ਡਿਗਰੀ, ਇਤਨਾ ਅਜ਼ਰ ਜਿਵੇਂ ਸਹਿਬ ਇਲਮ, ਇਤਨੀ ਸਾਰੀ ਸੋਟੀ ਰੱਖਦਾ, ਜਿਹੜੇ ਗੁੱਸਾ ਆਵੇ ਸਾ ਨਾ ਉਹ ਤੇਜ਼ ਤੇਜ਼ ਫਿਰੇਂਦਾ, ਅਗਲੇ ਵਕਤ ਰਾਹ ਚੱਲੇ ਵੀ ਆਉਂਦਾ ਹੀ ਨਹੀਂ ਵੀ ਇਹ ਸ਼ਾਲ ਖੈਰ ਹੋਵੇ ਜਿਹੜਾ ਹਰ ਤਰੀਕਾ ਤਰੀਕਾ ਚੱਲਦਾ।
ذہین بڑا جیڑی پرہیں جیڑی پنچیت جیڑا فیصلہ جیڑی ساتھ بغداد اچ کوئی نہ مکا سکیا بہلول سکنٹ اچ مکا ਵਾਲੀ ਆਵਾਜ਼ ਆਉਣੀ ਚਾਹੀਦੀ ਹੈ ਦਰਮਿਆਨ ਨਾਲ ਸ਼ਾਜੀ ਤੁਹਾਡੇ ਨਾਲ ਆ ਉੱਚਾ ਬੋਲੋ ਬਿਸਮਿਲ੍ਲਾਹ ਜਨਾ ਬੜੀ ਮਿਹਰਬਾਨੀ ਸਕਿੰਟ ਇਚ ਮੰਗਾ ਹਜ਼ਰਤ ਬਹਲੋਲ ਅੱਛਾ ਦੇਖੋ ਨਾ ਕਿਤਨਾ ਜ਼ਹੀਨ ਆ ਕਬਰਿਸਤਾਨ ਚ ਬੈਠਾ ਇਨ ਕਬਰ ਦੀ ਟੇਕ ਲੱਗ ਕੇ ਅੱਖੀ ਬੰਦ ਕਰਕੇ ਇਹ ਇੰਜ ਬੈਠਾ ਅੱਗੋਂ ਹਾਰੋ ਰਸ਼ੀਦ ਪਏ ਉਵੇਂ ਡਿਠਾ ਉਹ ਕਿ ਬਹਲੋਲ ਹੈ ਉਹ ਕਿ ਜੇ ਤੂੰ ਚੰਗਾ ਰਿਸ਼ਤੇਦਾਰ ਹੈ ਬੰਦੇ ਮੈਂ ਕਵਾ ਦੇਣ ਮੈਂ ਤੇਰਾ ਸੱਕਾ ਰਿਸ਼ਤੇਦਾਰ ਕਮਲ ਹੈ ਅੱਜ ਤਾਂ ਕਨਫਰਮ ਥੀ ਗਈ ਉਹ ਕਿ ਉਹ ਕਿਵੇਂ ਉਹ ਕਿ ਆਖਣ ਨਾਲ ਬੰਦੇ ਕਮਲੇ ਤਾਂ ਨਹੀਂ ਆਉਂਦੇ ਬੋਲ ਬਹੁਤ ਕੁਝ ਨਹੀਂ ਆਉਂਦੇ ਉਹ ਕਿ ਆਖਣ ਨਾਲ ਯਾਦ ਤੇ ਵੀ ਬੰਦੇ ਕਮਲੇ ਤਾਂ ਨਹੀਂ ਆਉਂਦੇ ਕਿੱਥੇ ਬੈਠੇ ਹੁਣ ਜ਼ੇਨ ਲਿਖੇ ਹਾਰੂ ਰਸ਼ੀਦ ਪੇ ਪੁੱਛਦੇ ਜਨਾਬ ਹਜ਼ਰਤ ਬਹਲੋਲ ਕੋਲ ਕਿੱਥੇ ਬੈਠੇ ਉਹ ਕਿ ਬਹੁਤ ਬੜੇ ਸ਼ਾਇਰ ਬਲੋਲਾ ਦੇ ਕਿਹੜੇ ਪਿਆ ਵਹਿੰਦੇ ਉਹ ਕਿ ਮੈਂ ਸ਼ਹਿਰ ਮੈਨੂੰ ਦੇਖੋ ਤਾਂ ਲੁਤਫਾ ਸੀ ਬਲੋਲਾ ਦੇ ਛੋਟੇ ਸ਼ਹਿਰ ਸਿਰ ਨਹੀਂ ਅਲਾ ਵੜਾਦਾ ਉਹ ਆਖੇ ਕਮਾਲ ਹੈ ਵੀ ਤੇਰੇ ਅਕਲ ਦੀ ਵੀ ਕਬਰਿਸਤਾਨ ਬੈਠਾ ਹੈ ਤੂੰ ਆਦਾ ਮੈਂ ਵੱਡੇ ਸ਼ਹਿਰ ਬੈਠਾ ਜੋ ਮੈਂ ਸ਼ਹਿਰ ਵਹਿੰਦਾ ਪਿਆ ਤਾਂ ਤੂੰ ਆਦਾ ਛੋਟੇ ਸ਼ਹਿਰ ਉਹ ਆਖੇ ਤੂੰ ਕਹਿ ਅੱਛੇ ਜਾਏ ਹਕੀਮ ਕੋਲੋਂ ਇਲਾਜ ਕਰਾ ਤਖਤ ਬਹਿ ਵੰਜਣਾ ਔਰ ਬਾਤ ਸਿਆਣਾ ਹੋਵਣਾ ਇਹ ਔਰ ਬਾਤ ਅਕਲ ਦਾ ਇਲਾਜ ਕਰ ਜੋ ਵੱਡਾ ਸ਼ਹਿਰ ਉਹ ਹੋਵੇ ਤਾਂ ਕਦਾਂ ਇਡੂ ਕੋਈ ਗਾਇਨ ਆਉਂਦੇ ਤਾਂ ਉਹ ਖੜੇ ਡੂਜੇ ਤਰੀਕੇ ਦੇ ਹੱਥ ਬੁਲੰਦ ਕਰਕੇ ਨਾਰਾ ਹੈਦਰੀ ਇਹਦਾ ਵਾਲਾ ਨਾਰਾ ਮਾਰ ਜੰਨਤ ਵਾਜਿਬ ਹੋ ਜਾਏ ਨਾਰਾ ਹੈਦਰੀ ਵਿਲਾਇਤ ਅਲੀ ਨਾਲ ਕੁੱਠਾ ਹੋਇਆ ਮਿਹਰਬਾਨੀ ਇਸ਼ਕ ਹੱਸ ਅਲੀ ਦੀ ਨਾਂ ਨਾਲ ਅਲੀ ਦੀ ਜ਼ਾਤ ਨਾਲ ਮੁਹੱਬਤ ਨਸ ਮਵੱਦਤ ਜਨਾਬ ਮਿਸਮ ਕੋ ਦੇਖੋ ਕਿਹੜਾ ਪਿਆਰਾ ਹੈ ਚਲੋ ਅਗਰ 38 ਨਾ ਸਮਝਿਆ ਤਾਂ ਮੈਂ ਕਿੱਥੇ ਪੜ੍ਹਾਂ ਅਗਰ 38 ਵਾਲੇ ਨਾ ਸੁਣ ਸਕਿਆ ਮੈਂ ਮਗਵਤ ਆਪਣੇ ਤੋਂ ਅੱਛਾ ਮਜਮਾ ਨਹੀਂ ਕਹੋ ਕਿਹੜਾ ਹੈ ਬਾਈ ਹੁਣ ਜੈ ਸਿਰ ਹਲਾਇਆ ਭਾਵੇਂ ਜੈ ਹਲਾਇਆ ਵਾ ਤੂੰ ਨੋਤ ਕੀ ਕੁਆਨ ਦਾ ਦੇਖੇ ਵਾ ਤੇ ਨਾਕ ਹੁਣ ਇਹ ਸਿਰ ਹਲਾਵਣ ਦੀ ਦੇਰ ਵਾ ਮੇਰੀ ਦੁਆ ਚ ਕਮੀ ਕੋਨੇ ਦੱਸੈ ਸੇ ਸਹੀ ਫਿਲਾਣਾ ਜਿਹਨੇ ਸਿਰ ਹਲਾਏ ਤੀ ਤੇ ਦੁਆ ਮੰਗੋ ਅੱਲਾ ਕਰੇ ਤੈਨੂੰ ਖੈਰ ਥੀ ਵੰਜੇ ਇਹ ਯਾਦ ਰੱਖ ਜ਼ੇਨ ਦੇ ਦਰੀਚੇ ਖੋਲ ਕੇ ਨੌਕਰ ਦੀ ਬਾਤ ਦਾ ਵਜ਼ਨ ਮੀਨਸ ਲੱਗਦੇ ਬੰਦੇ ਅਗਰ ਚੰਗਾ ਪੈ ਖਾਂਦੇ ਹੋਵੇ ਤਾਂ ਲੱਗਦੇ ਖੁਸ਼ ਥੀ ਇਹ ਕਾਨੂੰਨ ਹੈ ਬੇਗਰ ਲੱਗਦੇ ਬੰਦੇ ਦੋਸਤ ਤਾਲੁਕਾਲੇ ਅੱਛਾ ਉੱਠਣ ਬਾਣ ਖਾਵਣ ਪੀਉਣ ਹੋਵੇ ਜਿਹੜੇ ਲੱਗਦੇ ਉਸ ਨੂੰ ਖੁਸ਼ ਸ਼ੁਕਰ ਹੈ ਵੀ ਅੱਲਾ ਉਹਦੀ ਜ਼ਿੰਦਗੀ ਕਰੇ ਰੰਗ ਇਸ ਭਾਈ ਬਹਲੋਲ ਕੁਰੰਗਨ ਮਿਸ ਸਮੇਂ ਤਮਾਰ ਕੁਰੰਗ ਲੱਗਿਆ ਅਲੀ ਆਏ ਦੁਕਾਨ 'ਤੇ ਡਿੱਠਸ ਅਲੀ ਪਿੱਛੋਂ ਖੜੋ ਰਹੀ ਹੈ ਮੈਂ ਕੁੜੇ ਪਿੰਡ ਫਿਲਾਣਾ ਆਖੇ ਰੁਪਏ ਦੀ ਚਾਰ ਆਨੇ ਅੱਠ ਆਨੇ ਪੰਜ ਰੁਪਏ ਦਸ ਰੁਪਏ ਅਲੀ ਖੜੋਤਾ ਰਹੀ ਘੰਟਾ ਅਮੀਰ ਏ ਕਾਇਨਾਤ ਖੜੋਤੇ ਨੇ ਰਸ਼ ਮੁੱਕਦਾ ਨਹੀਂ ਪਿਆ ਜਿਹੜਾ ਰਸ਼ ਕੋਈ ਕੰਮ ਥੀ ਹੈ ਤੇ ਅਲੀ ਦੇਖ ਕੇ ਫਰਮਾਇੰਦੇ ਕਿਹੜੇ ਵੇਲੇ ਦਾ ਬੈਠਾ ਹੈ ਅਦੇ ਸਵੇਰ ਦਾ ਬੈਠਾ ਅਲੀ ਫਰਮਾਇੰਦੇ ਰੋਟੀ ਖਾਧੀ ਹੈ ਅਦੇ ਸਹੀ ਤੋਂ ਇਹਦੀ ਦੁਆ ਹੈ ਟਾਈਮ ਹੀ ਨਹੀਂ ਲੱਗਾ ਅਲੀ ਫਰਮਾਇੰਦੇ ਪਿੰਡ ਮੈਂ ਵੀ ਚਾਹੁੰਦਾ ਮੰਜ ਰੋਟੀ ਖਾ ਮੈਂ ਪਿੰਡ ਵਿੱਚ ਹੁਣ ਜਿਹਦੀ ਦੁਕਾਨ ਤੇ ਅਲੀ ਜੈਸੀ ਹਸਤੀ ਪਿੰਡ ਵਿੱਚ ਕਿਆ ਮਿਆਰ ਹੈ ਉਹਦੀ ਨਾਸਰ ਨੋਤ ਕੀ ਕਿਬਲਾ ਕਿਆ ਤਾਰੀਫ ਕਰੇ ਜਿਹਦੀ ਦੁਕਾਨ ਤੇ ਅਲੀ ਜੈਸਾ ਸ਼ਹਿਨਸ਼ਾਹ ਪਿੰਡ ਦੇ ਵਿੱਚ ਜਨਾਬ ਬਹਲੋਲ ਹਾਰੂ ਰਸ਼ੀਦ ਦਾ ਜਾਬਿਰ ਤਰੀਨ ਬਾਦਸ਼ਾਹ ਹਾਰੂ ਰਸ਼ੀਦ ਅਗਰ ਇਹਦੇ ਮੈਂ ਹਿਸਟਰੀ ਦੱਸਾਂ ਮੈਂ ਕੋਈ ਹਫਤਾ ਚਾਹੀਦਾ ਕਿਹੜਾ ਜਾਬਿਰ ਆ ਕਿਹੜਾ ਸਖਤ ਤਰੀਨ ਇਨਸਾਨ ਆ ਨਾ ਸੈਦ ਕੋ ਬਰਦਾਸ਼ਤ ਕਰਦਾ ਨਾ ਸ਼ੀਆ ਕੋ ਦੇਖ ਸਕਦਾ ਹਾ ਅਲੀ ਦਾ ਤਾਂ ਨਾਂ ਸੁਣ ਹੀ ਨਹੀਂ ਸਕੇ ਜੁਮੇ ਦਾ ਨਹੀਂ ਹੈ ਤਕਰੀਰ ਬੈਠਾ ਕਰਦਾ ਇੱਕ ਲੜਕੀ ਅੰਦਰ ਵੜ ਪਈ ਇਹ ਕਿਉਂਕਿ ਕਨੀਜ਼ਾ ਗਿੰਦਾ ਜੁਮੇ ਵਾਲੇ ਨੇ ਰਸ਼ ਵੀ ਜੁਮੇ ਕੋ ਆਉਂਦਾ
اس پاسے سوداگر کھڑونے ہیں، ازر جی میں سجے پاسے حیاتی ہوئی کنیز، ایڈل عورت کھڑوتی ہے جڑا اودے نال بندہ ہے، او جتھے تاجر کھڑونے ہیں اوتا کھڑو۔ یہ تقریر کریندے کریندے میرے لکھے کئی لفظ سنن دے ہوندے ہیں، کئی لفظ اکھ نال دیکھن تے پھر سنن دے ہوندے ہیں، اودا لطف ہوندا۔ تقریر کریندا کریندا لڑکی کو دیکھ کے آدھے تو کنیز ہے، اس نے یاد یہ اس دی یار زبان ہلائی کرو، تو کنیز ہے جڑ بیر دھوپ تے بیٹھے ہو ذرا جگہ ہے، تو کنیز ہے اس نے یاد یہ اس دی کے نا آئیں آدھی ہے اس نے پیو دا نام یوسف وکن آئیں جی کیا میں خرید کر لما، آدھ یہ کر سکتے ہیں تو ضرور خرید کر سمجھا بیدار تھی بے تو آنے رالا بیدار جی خرید کر سکتے ہیں تو کر آدھے تینی قیمت میں ان پاکستانی کرنسی اس واسطے استعمال پہ کریں جو انجن نہ کرو پیسے ہوا کہ 200 روپیے اور رشیدہ دے کتنے ہوا کہ 200 روپیے 200 وہاں کہ جیہاں ہر رشید رہے کہتے ہیں میں جتنی کنیزہ کی دیا کوئی 100 130 150 160 تو اتے گئی کوئی نہیں تو آدھی 200 روپیہ 40 روپیہ جو زیادہ مگنی انہا کنیزہ تے تیرے کے فرق ہے آدھی ڈیر سارا فرق ہے وہ دشمن علی ہیں میں شیعہ ہاں دشمن علی میں سوزی تا بنو میں اچا بولو نا میں سارے بولو میں شیعہ غصہ آیا منہ رتا تھی دیکھا دے تے تو شیعہ آدھی شیعہ نا شیعہ دی دی نا تو شیعہ دی دی آدھی صرف دی نا پڑھی لکھی ہے پڑھی لکھی آدھی عالمہ عالم ہے آدھے یہ فاضلہ بھی ہیں مت سمجھے ہم درس پڑھ دی رہی ہے 11 سال چھیوے امام دے درس پڑھ دی رہی ہے اور لائق ہوں اور قابل ہوں عالمہ ہوں فاضلہ ہوں لائق ہوں ایک سلوات پڑھ لو معصوم دی عزت بلند آواز رستہ رہ رہے سے رستہ رہ رہے سے ڈکو صاحب کو سلواتاں دی چھانتا لیکن کیا ہو باواز بلند سلوات محمد و آل محمد اللہم مولد عظیم مدہ عظیم تر عظیم مدہ صاحب عقیدہ اور منظور نظر اہل بیت دے عزادار اور امام حسین دے عظیم مدہ عزت امام مولانا مقبول حسین ڈکو صاحب کی بلد تشریف گنین میرے بات تو انو ہر لحاظ نال محظوظ فرمیسن جے تک سارے نبولے سو میں تو علی سرام بہمیں شام دے چین والے آدھی عالمہ لفظ بات پچھا رہ گیا فاضلہ ہاں لائق ہاں قابل ہاں اور اتنے اجتماع دے اندر میں حسنیہ دھی یوسف دی شاگردہ چھیویں امام امام صادق دی چیلنج کر کے پیا دیا کوئی عالمی بھی تا ہونے سات میں مناظرہ کا نواز دیتے آ رہا ہوں مہربان میں مناظرہ کرنے واسطے تیار ہوں میں زاکری نہ چھوڑ دے وہاں جہندہ ساہ آوے تے نوت کی نہ جملہ پچاوے اندہ پیو یوسف نے کیا دے اس لیا ہے کہ اللہ نہ کر آدھے کیوں بابا مطلب کو بڑا عالم آ جائے سوال اوکھا کرے جواب نہ آوے استاد دی شکایت کتاب دی شکایت جاگے درس دی شکایت
عقیدے دی شکایت، مذہب دی شکایت، اسلام دی شکایت، فقہ دی شکایت، جوانی نصیب ہوئی پیو دا مونڈا لا کہہ دیے کمزور گلا نہ کر، میں کچھ ہی میں امام آکھیا ولایت تے بولے تا اونچا بولے، علی ولی اللہ تے بولے تے بے دھڑک اور خبردار ہو کے بولے، اگر سادہ مخالف اوکھے تو اوکھا سوال کرے حسنیہ جواب آوی تے دیوے، جواب نہ آوی زبان تو ہلاویں جواب میں آوی۔ امام امیر کائنات نال جی مہربانی جی مہربانی، امام حسین علیہ السلام نال محبت نہیں بولو نا، اچھا پتر نال محبت، ہوں اتنے زخم تھی وے ہسپتال کے نوجو ڈاکٹر دے ترے ٹانکے لگ سی، مائی چپ پیو چپ لو وہاں کے آؤ نال کھڑو وہاں کے واہ بھائی واہ، اسا دیکھ سکتے ہیں سارا تو پتر ہے تو ہی کوئی ترے ٹانکے برداشت نہیں کر دے کیوں جہاں نال محبت ہے، تے دس محرم کو جہاں نال محبت آنے اسے کمیز اتار کے زنجیر جو شروع کی تے نہ با دیئے بس کر نہ پیوا دہی نہ کر، ان دی وجہ اولاد نال محبت ہے حسین نال مودت ہے۔ سارے بولو حسین نال مودت، ایک دفعہ کربلا ضرور وج، قرض گھن کے ادھار گھن کے بجنا پوی بن، میں قبلا ڈکو صاحب مولا زندگی دراز کرے مولا سید السلام اسا تو سائنس چیز دے قائل نے بے این دور اچ کو غربت ہے، کوئی غریب نہیں دور، زواری کوئی مہنگی نہیں سستی، گھر گرنا ہوئے تو 20 لاکھ دا لے لینے، 1.5 لاکھ روپیہ کربلا دا نہیں نکلدا، زمین واسطے نکل آدھے پلاٹ واسطے نکل آدھے سکوٹر کار واسطے نکل آدھے، آزاداری ماتمداری واسطے صرف کربلا واسطے غریب ہیں، ادھار چاہ کے لگا ون جے نانے دا نہیں رکھا تے دے نہیں رکھتا، میں اس دفعہ کربلا گیا 12 سفر، مولا علی دے حرم تو گھن کے امام حسین دے حرم تک 100 کلومیٹر بندا ہے، میں پیدل ٹرو 100 کلومیٹر پیدل، میں ادھی دنیا دے وچ پڑھے، میں تقریباً 39-40 ملکاں دے وچ گیا، کراچی تو خیبر تک پڑھا ہے، میں تیسری پشتی چو امام دا چھوٹا جیا ذاکر، تعلقات بھی بڑے ہیں، علاقے بڑے ڈٹھے ہیں، پیدل گئے ہیں، جہازوں تے گئے ہیں، سائیکلوں تے گئے ہیں، موٹر سائیکل، کاراں، گڈیاں وغیرہ وغیرہ، ایسا دسترخوان میں کسے امیر تو امیر دا نہیں ڈٹھا جڑا حسین ابن علی جس دسترخوان دی لبائی 80 کلومیٹر لبائی 80 کلومیٹر اے سچ ٹی وی دی وی رپورٹ، اگر کسے سچ ٹی وی ڈٹھا ہے تو میں آن لائن گل کر رہے ہیں بھائی، اے 80 کلومیٹر لمبائی ہے دسترخوان، اگر مہمان درو بنے میں پھکے چاول کھاواں پھکے، یار کاشے کھاون دی گل کرو تو اس دی سیرا لیندے ہو یار، بھائی میں پھکے چاول کھاواں موجود، میں بریانی کھاواں موجود، میں پلا کھاواں موجود، میں میٹھے چاول کھاواں موجود، میں تکے کھاواں چکن دے موجود، میں تکے کھاواں مٹن دے موجود، میں تکے کھاواں بیف دے موجود، میں مچھلی کھاواں تلی ہوئی گھیو وچ موجود، میں مچھلی کھاواں بھنی ہوئی انگارے تے موجود، اجی جڑے سر بیٹھے ہلیندن کیویں سمجھاواں جے ٹور ٹور کے تے کھا کھا کے تھک پیئے اگو گھٹن والے بندے موجود۔
ਤਾਂ ਸਵਾਦ ਪੈ ਬਹਿੰਦੇ ਆ, ਤੱਕੀ ਦੱਸਿਆ ਤਾਂ ਨਹੀਂ ਪਈ, ਤੱਕੀ ਵੀ ਦੱਸ ਕੱਟੇ ਪੈ ਬਹਿੰਦੇ। ਬੇਸ਼ੱਕ 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 ਇਵੇਂ ਗੱਲ ਜੋ ਅੱਛਾ ਸਮੋਲ ਬਾਕਰ ਗਿਆ ਹੈ। ਅੱਛਾ ਅੱਛਾ ਅੱਲਾ ਨਾਸਰ ਦੀ ਜ਼ਿੰਦਗੀ ਕਰੇ ਲੰਗਰ ਹੀ ਲੰਗਰ। ਹਾਂ ਸੀ ਜੇ ਕੋਈ ਜ਼ਮਾਨਾ ਕੁਝ ਹੁਸੈਨ ਖਵਾਇੰਦਾ ਪੀਏ ਤਾਂ 100 ਕਿਲੋਮੀਟਰ ਹੈ ਜਿਹੜਾ ਹੁਸੈਨ ਜ਼ਮਾਨੇ ਕੇ ਪੀਏ। ਅੱਛਾ ਇੱਕ ਦਫ਼ਾ ਕਰਬਲਾ ਵੰਜ ਜ਼ਰੂਰ ਵੰਜ, ਮੈਂ ਹੁਣ ਵੈਸਾ 23 ਦਫ਼ਾ 22 ਦਫ਼ਾ ਕੰਪਲੀਟ, 23 ਦਫ਼ਾ ਹੁਣ ਪਰਸੋਂ ਵੱਧ ਵੈਸਾ ਇਨਸ਼ਾ ਅੱਲਾਹ ਇੱਕ ਦਫ਼ਾ ਕਰਬਲਾ ਜ਼ਰੂਰ ਵੰਜ, ਜ਼ਰੂਰ ਮੇਰੀ ਮਿੰਨਤ ਹੈ ਵੰਜ। ਮੈਂ 1995 'ਚ ਜਦੋਂ ਪਹਿਲੀ ਦਫ਼ਾ ਕਰਬਲਾ ਗਈ 1995 'ਚ ਪਹਿਲੀ ਦਫ਼ਾ ਅਸਾਂ ਕਰਬਲਾ ਗਏ। ਅਗਰ ਕੋਈ ਜ਼ਹਿਰ ਬੈਠੇ ਤਾਂ ਨਕਸ਼ਾ ਉਹਦੇ ਜ਼ਿਹਨ 'ਚ ਸੀ। ਜਨਾਬ ਅਬਾਸ ਦੇ ਹਰਮ 'ਚ ਬੜਾ ਸੋਹਣਾ ਇਹ ਇੰਜ ਤੁਹਾਡਾ ਇਹ ਹੱਥ ਬਣ ਸੀ ਖੱਬਾ, ਪਹਿਲਾ ਦਰ ਛੋੜ ਕੇ ਡੱਕੂ ਸਾਹਿਬ ਜਿਹੜਾ ਦੂਜਾ ਦਰਵਾਜ਼ਾ ਹੈ ਉੱਥੇ ਰਸ਼ ਹੁੰਦੇ ਬੰਦੇ ਆਉਂਦੇ ਦੁਆ ਮੰਗਦੇ ਚੁੰਮਦੇ। ਅਲਹਮਦੁਲਿਲਾ ਮੇਰੀ ਅਰਬੀ ਵੀ ਅੱਛੀ ਹੈ ਔਰ ਅਰਬੀ ਨਾਲੋਂ ਮੇਰੀ ਫਾਰਸੀ ਅੱਛੀ। ਮੈਂ ਖੁਦਾਮ ਕੋਲ ਪੁੱਛਿਆ, ਮੈਂ ਆਖਿਆ ਮਾ ਹਜ਼ਲ ਮਕਾਮ, ਇਹ ਕਿਹੜੀ ਜਾ ਹੈ? ਮੈਂ ਕੋਈ ਦੇਖ ਕੇ ਆਉਂਦਾ ਹੈ ਕਿੱਥੋਂ ਆਇਆ? ਮੈਂ ਆਖਿਆ ਪਾਕਿਸਤਾਨ 'ਚੋਂ। ਮੈਂ ਕੋ ਆਦੇ ਜਿਹੜਾ ਜ਼ਵਾਰੀ 'ਤੇ ਆਈ ਹੈ ਨਾ ਗਾਜ਼ੀ ਦੀ ਮਾਂ, ਮਿਹਰਬਾਨੀ ਜਦੋਂ ਆਈ ਹੈ ਨਾ ਅਬਾਸ ਦੀ ਮਾਂ ਇਸੇ ਜਗ੍ਹਾ ਤੇ ਬੈਠੀ ਹੈ। ਯਕੀਨ ਕਰੇ ਮੈਂ ਕਿਸੇ ਕਿਤਾਬ ਵਿੱਚ ਰਿਵਾਇਤ ਜਾਂ ਜੁਮਲਾ ਨਹੀਂ ਪੜ੍ਹਾ, ਜਿਵੇਂ ਮੈਨੂੰ ਉਸ ਖੁਦਾ ਨੂੰ ਸੁਣਾਏ ਦੋ ਗੱਲਾਂ ਦੀ ਥਾਂ ਇੱਕੋ ਮੈਂ ਸੁਣੋ ਤੇ ਮੈਂ ਕਿਬਲਾ ਦੇ ਮੈਂਬਰ ਹਵਾਲੇ ਕਰਾਂ। ਅਜ਼ੀਮ ਮਦਾਇਨ, ਮੈਂ ਉਹਨਾਂ ਨੂੰ ਜ਼ਿਆਦੀ ਦੇਰ ਮਿੱਟ ਬਲਹਾਵਣਾ। ਜ਼ਾਕਰੀ ਕੁਲੀਏ ਕਹਿਦੇ ਮੁਤਾਬਿਕ ਅੱਛੇ ਹੀ ਨਹੀਂ ਸੁਣਿਆ, ਇਸ ਤੋਂ ਛੋਟਾ ਮਜ਼ਮੂਨ ਅਲਮਾ ਤੇ ਹੱਥੇ ਮੈਂ ਕੋਈ ਯਾਦ ਹੀ ਕੋਈ। ਉਹ ਆਖੇ ਇੱਥੇ ਬੈਠੀ ਹੈ ਗਾਜ਼ੀ ਦੀ ਮਾਂ। ਮੈਂ ਆਖੇ ਤੇ ਬੀਬੀ ਜ਼ਵਾਰੀ ਤੇ ਆਈ? ਮੈਂ ਗੁੜੇ ਕਹਿਦੇ ਤੂੰ ਹੁਸੈਨ ਦਾ ਕਿਰ ਲੱਗਦਾ? ਮੈਂ ਆਖੇ ਮੈਂ ਤਾਂ ਨੌਕਰ ਹਾਂ ਮਨੇਨਾ। ਉਹ ਆਖੇ ਤੂੰ ਮਨੇਨਾ ਪਾਕਿਸਤਾਨ ਜਵਾਬ ਬਣੇ ਤੇ ਜੈ ਪਾਲ ਦਰਵਾਜ਼ੇ ਦਾ ਨਾਂ ਰੱਖਣ ਬਾਬੁਲ ਮੁਰਾਦ। ਹਾਜਤਾਂ ਪੂਰੀਆਂ ਥੀਂਦੀਆਂ, ਮੁਰਾਦਾਂ ਪੂਰੀਆਂ ਥੀਂਦੀਆਂ ਬਾਬਾ ਦੇ ਦਰਵਾਜ਼ੇ ਕੋ ਹੀ ਦਰ ਤੇ ਹੀ ਦਰਵਾਜ਼ੇ ਤੇ। ਜਿਹੜੇ ਬਹਿ ਗਏ ਜ਼ਵਾਰੀ ਤੇ ਉਹਨਾਂ ਕੋ ਨਕਸ਼ਾ ਯਾਦ ਹੋ ਸੀ, ਜਿਹੜੇ ਨਹੀਂ ਗਏ ਜ਼ਰਾ ਹੱਥ ਚੋਂ ਹੱਥ ਬੁਲੰਦ ਕਰੋ। ਮੇਰੀ ਅਧੀਆਂ ਤੁਸੀਂ ਹੱਥ ਬੁਲੰਦ ਕਰੇ, ਮੇਰਾ ਅੱਲਾ ਤੈਨੂੰ ਵਾਸਤੇ ਬਤੂਲ ਦੀਆਂ ਤਰੁੱਟੀਆਂ ਹੋਈਆਂ ਬਸ ਔਰਤਾਂ ਮਰ ਜਿਹੜੇ ਕਰਬਲਾ ਦਾ ਇਰਾਦਾ ਰੱਖਦੇ ਨੇ ਇੱਕ ਦਫ਼ਾ ਜ਼ਿਆਰਤ ਕਰਵਾਓ। ਬਾਈ ਤਾਂ ਇੱਕ ਮੈਂ ਸੁਣੋ, ਇੱਥੇ ਆ ਕੇ ਬੈਠੀ ਹੈ ਗਾਜ਼ੀ ਦੀ ਪਾਕ ਅੰਮਾ। ਕੌਣ ਕੌਣ ਆਉਂਦਾ ਜਨਾਬ? ਫਿਜ਼ਾ ਗਾਜ਼ੀ ਦੀ ਮਾਂ ਕਹਿੰਦੇ ਨਾਲ ਆਈਆਂ, ਰੋ ਕੇ ਆਦੇ ਜਿਹਦੇ ਨਾਲ ਸ਼ਾਮ ਜ਼ੈਨਬ ਗਈ ਆਈ। ਉਹ ਮਹਾਰੀ ਡਾਡੀ ਗੁਜ਼ਵਾਰੀ ਕਰਾਵਨ ਕਰ। ਇਹ ਜਨਾ ਸ਼ਾਮ ਚੋਂ ਅੱਖੇ ਵੱਲ ਗਏ ਨਾ ਕਰਬਲਾ ਚੋਂ ਜ਼ਿਆਰਤ ਕਰਕੇ ਮਦੀਨੇ, ਕੈਦਾਂ ਛੁੱਟੀਆਂ ਕਰਬਲਾ ਵਤ ਮਦੀਨਾ, ਕਿਉਂਕਿ ਜਨਾਬ ਉਮਰ ਬਨੀਨ ਦੀ ਦੀਦ ਕਮਜ਼ੋਰ ਆਈ। 1982 ਆਈ ਜਾਂ 83 ਆਈ, ਨੋ ਤੱਕ ਸਾਡਾ ਜਲਸਾ ਆਉਂਦਾ 4-5 ਜੂਨ। ਮੈਂ ਇਹ ਜੁਮਲਾ ਕਿਬਲਾ ਕੱਲੂ ਸਾਹਿਬ ਕੋਲ ਵੀ ਸੁਣਾ ਕਿ ਜਿਹੜੇ ਵੇਲੇ ਦੇ ਹਸਨ ਦੇ ਜਨਾਜ਼ੇ 'ਚ ਤੀਰ ਲੱਗੇ ਅਤੇ ਬੀਬੀ ਪੁੱਛਾ ਗਾਜ਼ੀ ਕਿੱਥਾਂ ਆਈ ਜਿਹੜੇ ਤੀਰ ਲੱਗੇ, ਅਤੇ ਕੰਡ ਵਾਲੇ ਪਾਸੇ ਆਵਾਜ਼ ਹੈ ਮੈਂ ਹਾਮੀ ਤਾਂ ਨਾਲ ਲੈ ਕੇ ਹੁਸੈਨ ਦੀ ਚੁੱਪ।
ਇੰਜ ਹੱਥ ਸਿੱਧੇ ਕਰਕੇ ਇੰਜ ਗਾਜ਼ੀ ਦੀ ਮਾਂ ਮੂੰਹ ਤੇ ਮਾਤਮ ਕੀਤਾ, ਕਲੂ ਸਾਹਿਬ ਜਿਹੜਾ ਨਹੀਂ ਰੋ ਸਕਦਾ ਸ਼ਰਮ ਨਾ ਕਰੇ, ਜੇ ਕੋ ਰੋਣੇ ਸ਼ਰਮ ਆਉਂਦਾ ਮੈਨੂੰ ਨਾ ਦੇਖੇ ਸਰ ਚਿੱਕਾ ਕਰਕੇ ਪਿੰਨਣ ਦੀ ਕੋਸ਼ਿਸ਼। ਇਹ ਬਜ਼ੁਰਗ ਦੇਖੋ ਨਹੀਂ ਵਹਿਲ ਕਰਕੇ, ਇਹ ਚਿੱਟੀ ਡਾੜੀ ਵਾਲੇ ਬੈਠੇ ਨੇ, ਮਲੰਗ ਅਜ਼ਾਦਾਰ ਹੈ, ਜਿਹੜਾ ਆਉਂਦਾ ਸਾਫ ਜ਼ਹਿਰ ਹੈ, ਉਹ ਰੋਣ ਵੀ ਆਉਂਦਾ। ਜਨਾਬ ਉਮਰ ਬਨੀ ਸੱਦਾ ਬਾਕੇ ਰੋ ਮੈਂ ਕੁਛ ਸਜਾ ਸਾਡੇ ਬਾਬਾ ਦਾਦੀ ਯਾਦ ਕਮਰ ਚੁੱਕੀ ਹੋਈ ਏ ਨੂਨ ਵਾਂਗ ਨਾ ਲੱਖ ਦਾਦੀ ਸਲਾਮ। ਮੈਂ ਪਹਿਲੇ ਆ ਕੇ ਨਾ ਜੁਮਲੇ ਕਈ ਦੇਖਣ ਦੇ ਆਉਂਦੇ, ਸੱਜਾ ਹੱਥ ਮੱਥੇ ਤੇ ਰੱਖ ਕੇ ਸਜਾ ਦੇ ਨਹੀਂ ਸਮਝ ਆਈ ਤੁਹਾਡੇ ਨਾਲ, ਇਹ ਜੋ ਰੋਂਦੇ ਬੈਠੇ ਤੁਹਾਨੂੰ ਨਹੀਂ ਸਮਝ, ਸਜਾ ਦੇ ਜੀ ਦਾਦੀ ਨਾਰਾਜ਼ ਨਥੀ ਮੈਂ ਕਰਬਲਾ ਗਿਨ ਮੈਂਦੇ ਉਹਦੀ ਜ਼ਬਾਨ ਮੈਂ ਬਣ ਵੰਜਾ ਜ਼ਿੰਦਗੀ ਦਾ ਪਤਾ ਹੀ। ਬੜੇ ਲੰਬੇ ਤਰੀਕੇ ਨਾਲ ਮੈਂ ਕੁਮ ਖੁਦਾਮ ਸੁਣਵਾਇਆ, ਕਾਫਲਾ ਟੁਰ ਪਿਆ, ਮੈਂ ਫਰਮੈਂਦੇ ਹਨ ਖੁਦਾਮ ਕਿ ਜੁਮਾ ਆਈ ਅਤੇ ਮੁਹਰਮ ਦੀ ਯਕਮ ਆਈ, ਇੱਕ ਟਿਬੇ ਤੋਂ ਜੋ ਉੱਠ ਲਾਹਣ ਲੱਗੇ ਨਾ ਅੱਖਾਂ ਵਸ ਪਈਆਂ ਰਤ ਬੰਦੀਏ ਮਾਰ ਛੁੱਟੀਏ ਰੋ ਰੋ ਕੇ ਪੈ ਫਰਮੈ ਦਿਨ ਮੈਂ ਡਾਲ ਮੈਂ ਗਰੀਬ ਜਿਵੇਂ ਜੋ ਮਹਾਮਾਰੀ ਚਰਾਉਂਦੀ ਬੈਠੀ ਆਈ ਸੈਯਦਾ ਦਾ ਸੱਜੇ ਹੱਥ ਨਾਲ ਉਮਰ ਬਨੀ ਨੂੰ ਪਰਦਾ ਹਟਾਇਆ ਅਗਲ ਮਾਰ ਕੇ ਆਦੀ ਸਜਾਦ ਖੇੜੀ ਜਾਏ ਸੈਯਦਾ ਦੇ ਉਹ ਜਾਏ ਜਿੱਥਾ ਗਾਲੀ ਦਾ ਖੱਬਾ ਮਾਰੂ ਬੀਬੀ ਆਦੀ ਉੱਠ ਬਲਾ ਮੈਂ ਲਾਦੀ ਜਨ ਸ਼ਰਮ ਆਵੇ ਨਾ ਰੋਵੇ ਜਿਹੜਾ ਇਬਾਦਤ ਸੁਣੇ ਦੇ ਵੱਤ ਮੇਰੇ ਕੇ ਜਵਾਨਾਂ ਦੇ ਵੈਣ ਕਰ ਕਰੋੜ ਬਿਸਮਿਲ੍ਲਾ ਮਲਾ ਬਿਸਮਿਲ੍ਲਾ ਮੇਰਾ ਸੋਹਣਾ ਜ਼ਿੰਦਗੀ ਦਰਾਜ਼ੋ ਮਾਮਲ ਪੈਰਨ ਗਾਜ਼ੀ ਦੀ ਮਾਂ ਲਹਿ ਪਈ ਹੈ ਆ ਤੇਰੀ ਜਵਾਨੀ ਦੀ ਗੱਲ ਮੈਂ ਰਾਤ ਵਧੀ ਹੈ ਪਰ ਮੈਂ ਡਾਲੀ ਕਹਿੰਦੀ ਕਬਰ ਹਾਏ ਕਰ ਛੁੜਾ ਓਲੇ ਓਲੇ ਆਵਾਜ਼ ਆਈਏ ਸੱਜਾ ਲਫ਼ਜ਼ ਹੈ ਔਖਾ ਅਸਦ ਅਗਰ ਇਜਾਜ਼ਤ ਹੋਵੇ ਜਿਹੜਾ ਮਾਹੌਲ ਬਣ ਗਈ ਹੈ ਅੱਜ ਮਰਦੇ ਹੋ 38 ਵਾਲਿਓ ਮਰ ਜਾਓ ਅੱਜ ਨੋਤ ਕੇ ਪੜਦਾ ਜ਼ਰੂਰ ਉਮਰ ਬਨੀਨ ਦੀ ਆਵਾਜ਼ ਪਿਆਂ ਦੀ ਪਹਿਲੇ ਹੁਸੈਨ ਮਿਲਾ ਹੁਸੈਨ ਤੋਂ ਬਾਅਦ ਮੈਂ ਅਕਬਰ ਦੀ ਕਬਰ ਤੇ ਵੈਸਾ ਅਕਬਰ ਤੋਂ ਬਾਅਦ ਮੈਂ ਅਸਗਰ ਤੋਂ ਵੈਸਾ ਤਲੀਆਂ ਜ਼ਮੀਰ ਤੇ ਲੱਗਿਆ ਨਾ ਦੇ ਦਾਦੀ ਇੱਕੋ ਤਵੀਲ ਤ੍ਰੀਏ ਮਰਹਮਾ ਇਹ ਤਾਂ ਕਰਬਲਾ ਨਹੀਂ ਬਣ ਗਈ ਰੂਹਾਨੀਅਤ ਦੱਸੈਂਦੀ ਹੈ ਵਾਰਿਸ ਜ਼ਰੂਰ ਹੈ ਬੈਠੇ ਉਬਾਲੇ ਕਦਮ ਚਾ ਕੇ ਇੰਜ ਕਿਉਂ ਨਾ ਆਖਾਂ ਜੋ ਇਜ਼ਾਫਾ ਹੋ ਜਾਏ ਇਬਾਦਤ ਇਜ ਤੇਲ ਤੇਲ ਦੁਨੀਆ ਠੀਕ ਹੱਥ ਫਿਜ਼ਾ ਸਜਾਦ ਸਜਾਦ ਪਕੜੋ ਨਾਲ ਬਲਾ ਗਿਆ ਦੇ ਦਾਦੀ ਬਾਬੇ ਹੁਸੈਨ ਦੀ ਕਬਰ ਮੱਥਾ ਕਬਰ ਤੇ ਰੱਖ ਗਿਆ ਜੀ ਹੁਸੈਨ ਮੈਂ ਜ਼ਵਾਰ ਬਣ ਰਹੀ ਅੰਮਾ ਬੜਾ ਇਹਸਾਨ ਬਹੁ ਪਦ ਕੀਤਾ ਮੈਨੂੰ ਧੀ ਦਾ ਹਾਲ ਸੁਣਾ ਉਮਰ ਬਨੀ ਨਾ ਦੀ ਵਾਲ ਚਿੱਟੇ ਹੋ ਗਏ ਵਾ ਕਮਰ ਝੁਕ ਗਈ ਹੈ ਸੋਟੀਆਂ ਤੇ ਵਧੀ ਤੁਰਦੀ ਹੈ
اللہ جانے صرف چند بندے کس خیال سن رہے ہیں او ماتمیو یقین کرے اکبر دا پرسا دیتا ہے تا کر چھوڑو بات اسد شاہ اصغر دا پرسا دیتا ہے او کیوں ٹھیئے سجادہ دے کہندی قبر تے آخری جملہ ختم رو رو کے بیادی سجاد میں نو غازی ملا میں دا غازی نال کم میں میں توڑ گلوج کرے سا او مادمی او خدا منے کیا دے زاکر اتھا آکے غازی دیما بہ رہی ہے ترائے دفع کو یقین دید نہیں اٹھی سنگیر سجاد اٹھایا ہے قبر تے متھا رکھ کے آدھی غازی قبر جو آواز آئیے اوکھے آئیو توڑا بڑا احسان رو رو کے پیا دیے اے عمر تنائی میں نے سفرا دی میں کران آیا ایک گال ہے میں کو دس بچڑا توں کی تھا میں وہاں جنا زینب کو لے والے میں بھیڑ بھرا